ਗੱਲਾਂ ਨਹੀਂ ਅਮਲ ਨਾਲ ਗੱਲ ਬਣਦੀ ਹੈ ਕਿਸੇ ਇੱਕ ਦੀ ਵੀ ਗੱਲ ਜਿਹੜੀ ਅਸੀਂ ਸੁਣਨੇ ਆ ਨਾ ਰੋਜ਼ ਅਖਬਾਰਾਂ ਦੇ ਟੀਵੀਆਂ ਦੇ ਇੱਕ ਵੀ ਗੱਲ ਅਸਾਂ ਨਹੀਂ ਵੇਖਿਆ ਇਹਨਾਂ ਦੀ ਪੂਰੀ ਹੁੰਦੀ ਨਾ ਸ਼ਬਾਜ਼ ਸ਼ਰੀਫ ਦੀ ਤੇ ਨਾਮ ਪਿੱਛੇ ਜਿਹੜੇ ਗਏ ਨੇ ਗੁਜ਼ਰੇ ਨੇ ਉਹਨਾਂ ਦੀ ਵੀ ਨਹੀਂ ਉਹਨਾਂ ਪੂਰੀ ਆਪਣੇ ਘਰ ਦਾ ਆਪਣੇ ਬੱਚਿਆਂ ਦਾ ਨਿਜ਼ਾਮ ਨਹੀਂ ਚਲਾ ਸਕਦਾ ਉਹ ਕੀ ਕਰੇਦਾ ਅਸੀਂ ਬੇਬਸ ਅਸੀਂ ਸੁਣਨੇ ਆ ਸੋਚਦੇ ਹਾਂ ਕਰੇ ਬਣਾ ਇਹਦਾ ਕੀ ਆ ਮੁਲਕ ਦਾ ਇਮਰਾਨ ਖਾਂ ਆਈ ਆ ਜਿਹੜਾ ਮਰਜ਼ੀ ਹੋਏ ਭਾਈ ਅਸਾਂ ਤੇ ਵੇਖਣਾ ਆਪਣਾ ਫਾਇਦਾ ਜਿਹੜਾ ਸਾਨੂੰ ਆਵਾਮ ਨੂੰ ਫਾਇਦਾ ਨਹੀਂ ਦਿੰਦਾ ਅਸੀਂ ਉਹਨੂੰ ਕਿਸੇ ਨੂੰ ਵੀ ਨਹੀਂ ਚੰਗਾ ਆ ਸਕਦਾ ਲੇਕਿਨ ਅਸੀਂ ਇਸ ਨਜ਼ਰੀਏ 'ਚ ਆ ਕੇ ਆਉਂਦੇ ਹਾਂ ਕਿ ਜਿਹੜਾ ਬੰਦਾ ਵੇਖੋ ਇਮਰਾਨ ਖਾਂ ਹੀ ਨਾ ਉਹਨੇ ਭਾਵੇਂ ਰੋਂਦਾ ਸੀ ਜੋ ਮਰਜ਼ੀ ਕਰਦਾ ਤੇਲ ਤਾਂ ਨਹੀਂ ਵਧਾਇਆ ਘਿਓ ਇਹਨਾਂ ਮਹਿੰਗਾ ਕਰ ਛੱਡਿਆ ਹਰ ਸ਼ੈ ਮਹਿੰਗੀ ਕਰ ਛੱਡੇ ਸਾਨੂੰ ਤੇ ਲੋਕਾਂ ਨੂੰ ਇਹੀ ਕਿ ਚਲੋ ਹਕੂਮਤ ਆਏ ਦੀ ਤੇ ਲੋਕਾਂ ਨੂੰ ਕੋਈ ਫਾਇਦਾ ਦੇ ਦੇ ਲੇਕਿਨ ਇਹਨਾਂ ਆਉਂਦਿਆਂ ਸਾਰੀ ਹਰ ਸ਼ਹਿਰ ਨੂੰ ਅੱਗ ਲਾ ਰਹੀ ਹੈ ਜਿਹਦੇ ਗੌਰਮੈਂਟ ਨੇ ਤੇਲ ਬਣਾਇਆ ਕਿਆ ਕਹੇਗੀ ਇਸ ਨੂੰ ਯਾਰ ਅਸੀਂ ਨਿਰੇ ਤੇਲ ਦਿੰਦੇ ਹਾਂ ਤੇ ਅਸੀਂ ਤੇ ਹਰ ਚੀਜ਼ ਤੋਂ ਬੜੇ ਤੰਗ ਆ ਗਏ ਹਾਂ ਕਿਹੜੀ ਕਿਹੜੀ ਚੀਜ਼ ਤੋਂ ਤੰਗ ਆਏ ਵੇਖੋ ਜੀ ਘਿਓ ਇਹਨਾਂ ਮਹਿੰਗਾ ਕਰ ਛੱਡਿਆ ਹਰ ਸ਼ਹਿ ਮਹਿੰਗੀ ਕਰ ਛੱਡੇ ਸਾਨੂੰ ਤੇ ਲੋਕਾਂ ਨੂੰ ਇਹੀ ਕਿ ਚਲੋ ਹਕੂਮਤ ਆਏ ਦੀ ਤੇ ਲੋਕਾਂ ਨੂੰ ਕੋਈ ਫਾਇਦਾ ਦੇ ਦੀ ਲੇਕਿਨ ਇਹਨਾਂ ਆਉਂਦਿਆਂ ਸਾਰੀ ਹਰ ਸ਼ਹਿਰ ਨੂੰ ਅੱਗ ਲਾ ਰਹੀ ਹੈ ਅਸੀਂ ਤਾਂ ਬਹੁਤ ਪਰੇਸ਼ਾਨ ਹਾਂ ਅਸੀਂ ਕਿਸੇ ਪਾਰਟੀ ਨਾਲ ਵੀ ਨਹੀਂ ਅਸੀਂ ਹਾਂ ਜਿਹੜਾ ਬੰਦਾ ਆਵਾਮ ਦਾ ਬਿਹਤਰ ਕਰਦਾ ਸੀ ਉਹਦੇ ਨਾਲ ਹਾਂ ਠੀਕ ਹੈ ਨਾ ਲੇਕਿਨ ਇਹਨਾਂ ਦਾ ਅਖੀਰ ਕਰ ਛੱਡੀ ਹੈ ਤੁਹਾਡੇ ਨਾਲ ਆ ਕੇ ਹਲੇ ਡੇਢ ਮਹੀਨੇ ਅਖੀਰ ਕਰ ਛੱਡੀ ਲੱਤ ਡੇਢ ਇਹਨਾਂ ਸਾਰਾ ਕੀਤਾ ਹੀ ਇਹਨਾਂ ਹੀ ਹੁਣ ਆ ਕੇ ਪਿੱਛੇ ਤਾਂ ਫਿਰ ਵੀ ਨਿਜ਼ਾਮ ਚੱਲਦਾ ਸੀ ਇਹਨਾਂ ਆ ਕੇ ਤਾਂ ਸਾਰਾ ਅਖੀਰ ਕਰ ਛੱਡੀ ਹਰ ਸ਼ਾਇਦ ਅੱਗ ਲਾ ਛੱਡੀ ਉਹਨਾਂ ਹਰ ਸ਼ਹਿਰ ਨੂੰ ਭਾਈ ਕਿਹੜੀ ਸ਼ਹਿਰ ਜਿਹੜੀ ਮਹਿੰਗੀ ਨਹੀਂ ਕੀਤੀ ਇਹਨਾਂ ਹਰ ਸ਼ਹਿ ਮਹਿੰਗੀ ਕਰ ਛੱਡੀ ਹੈ ਕਹਿੰਦੇ ਇਮਰਾਨ ਖਾਂ ਇਮਰਾਨ ਖਾਂ ਆਈ ਆ ਜਿਹੜਾ ਮਰਜ਼ੀ ਹੋਏ ਭਾਈ ਅਸਾਂ ਤੇ ਵੇਖਣਾ ਆਪਣਾ ਫਾਇਦਾ ਸਾਨੂੰ ਜਿਹੜਾ ਫਾਇਦਾ ਦੇਦਾ ਸਾਡੇ ਬਾਅਦ ਉਹ ਚੰਗਾ ਹੈ ਜਿਹੜਾ ਸਾਨੂੰ ਆਵਾਮ ਨੂੰ ਫਾਇਦਾ ਨਹੀਂ ਦਿੰਦਾ ਅਸੀਂ ਉਹਨੂੰ ਕਿਸੇ ਨੂੰ ਵੀ ਨਹੀਂ ਚੰਗਾ ਆ ਸਕਦੇ ਲੇਕਿਨ ਅਸੀਂ ਇਸ ਨਜ਼ਰੀਏ 'ਚ ਆ ਕੇ ਆਉਂਦੇ ਹਾਂ ਕਿ ਜਿਹੜਾ ਬੰਦਾ ਵੇਖੋ ਇਮਰਾਨ ਖਾਂ ਹੀ ਨਾ ਉਹਨੇ ਭਾਵੇਂ ਰੋਂਦਾ ਸੀ ਜੋ ਮਰਜ਼ੀ ਕਰਦਾ ਤੇਲ ਤਾਂ ਨਹੀਂ ਵਧਾਇਆ ਜੇ ਘਿਓ ਹੀ ਤਾਂ ਇਹਨਾਂ ਆਉਂਦੇ ਹਾਂ ਸਾਰੀ ਹਰ ਸ਼ਹਿਰ ਨੂੰ ਅੱਗ ਲਾ ਰਹੇ 100 ਰੁਪਈਆ ਇਹਨਾਂ 200 ਰੁਪਈਆ ਰੇਟ ਵਧਾ ਛੜਿਆ ਅਸੀਂ ਭਾਅ ਜੀ ਕਿਸੇ ਜਮਾਤ ਦੇ ਨਾਲ ਸਾਡਾ ਕੋਈ ਤਲਕ ਨਹੀਂ ਅਸੀਂ ਆਉਂਦੇ ਹਾਂ ਅਸੀਂ ਉਹਦੇ ਵੋਟ ਅਸੀਂ ਉਹਨੂੰ ਦਿੰਦੇ ਹਾਂ ਜਿਹੜਾ ਬੰਦਾ ਆਵਾਮ ਦਾ ਬਿਹਤਰ ਸੋਚੇਦਾ ਇਹਨਾਂ 'ਚੋਂ ਬਿਹਤਰ ਕੌਣ ਸੋਚਦਾ ਆਵਾਮ ਬਿਹਤਰ ਤਾਂ ਹੁਣ ਅਸੀਂ ਆਉਂਦੇ ਹਾਂ ਕੋਈ ਅੱਲਾ ਦਾ ਕੋਈ ਨੇਕ ਬੰਦਾ ਹੀ ਆਇਆ ਤਾਂ ਅਸੀਂ ਇਹਨਾਂ ਨੂੰ ਤਾਂ ਅਸੀਂ ਵੇਖ ਵੇਖ ਕੇ ਤੰਗ ਆ ਗਏ ਇਹਨਾਂ ਤੋਂ ਅੱਗੇ ਇੰਨੇ ਸਾਲਾਂ ਤੋਂ ਅਸੀਂ ਇਹਨਾਂ ਦੀਆਂ ਵੇਹਨੇ ਹਾਂ ਪਏ ਕਹਾਣੀਆਂ ਸੁਣਾ ਸੁਣਾ ਸਾਨੂੰ ਇਹਨਾਂ ਧੋਖਾ ਦਿੱਤਾ ਲੇਕਿਨ ਅਸੀਂ ਹੁਣ ਇਹਨੇ ਆ ਕੋਈ ਅੱਲਾ ਦਾ ਨੇਕ ਬੰਦਾ ਕੋਈ ਅੱਗੇ ਆਇਆ ਜਿਹਨੂੰ ਅਸੀਂ ਵੋਟ ਦਈਏ ਤੇ ਅੱਲਾ ਕੋਈ ਸਾਡੀ ਸੁਣੇ ਮੌਲਾਨਾ ਫਜ਼ਲ ਰਹਿਮਾਨ ਨਾਮ ਹੀ ਹੈ ਅਸੀਂ ਨਹੀਂ ਆਏ ਅਸੀਂ ਤਾਂ ਇਹਨਾਂ ਕੋਈ ਅੱਲਾ ਦਾ ਨੇਕ ਬੰਦਾ ਇਹ ਨਹੀਂ ਪਤਾ ਹੁਣ ਉਹ ਨੇਕ ਜਾਂ ਹੋਰ ਕੋਈ ਹੈ ਲੇਕਿਨ ਜਿਹੜਾ ਸਾਨੂੰ ਫਾਇਦਾ ਆਵਾਮ ਨੂੰ ਦੇਵੇ ਉਹ ਨੇਕ ਆਵੇ ਜਿਹੜਾ ਮਰਜ਼ੀ ਆਵੇ ਅਸੀਂ ਨਹੀਂ ਆਉਂਦੇ ਮੌਲਾਨਾ ਫਜ਼ਲ ਰਹਿਮਾਨ ਹੀ ਆਏ ਕੋਈ ਅੱਲਾ ਕਿਸੇ ਨੇਕ ਬੰਦੇ ਨੂੰ ਸਾਡੇ ਉੱਤੇ ਲਿਆਏ ਜਿਹੜਾ ਸਾਡੇ ਆਵਾਮ ਦਾ ਕੋਈ ਫਾਇਦਾ ਸਾਰੇ ਆਵਾਮ ਦੇ ਫਾਇਦੇ ਦੀਆਂ ਗੱਲਾਂ ਕਰਦੇ ਹੁੰਦੇ ਸ਼ਬਾਸ਼ ਸ਼ਰੀਫ ਵੀ ਨਵਾਜ਼ ਸ਼ਰੀਫ ਭਾਈ ਨਰੀਆਂ ਗੱਲਾਂ ਦਾ ਫਾਇਦਾ ਨੇ ਆਈ ਜਾਂਦੇ ਗੱਲਾਂ ਨਹੀਂ ਅਮਲ ਨਾਲ ਗੱਲ ਬਣਦੀ ਹੈ ਕਿਸੇ ਇੱਕ ਦੀ ਵੀ ਗੱਲ ਜਿਹੜੀ ਅਸੀਂ ਸੁਣਨੇ ਆ ਨਾ ਰੋਜ਼ ਅਖਬਾਰਾਂ ਦੇ ਟੀਵੀਆਂ ਦੇ ਇੱਕ ਵੀ ਗੱਲ ਅਸਾਂ ਨਹੀਂ ਵੇਖਿਆ ਇਹਨਾਂ ਦੀ ਪੂਰੀ ਹੁੰਦੀ ਨਾ ਸ਼ਬਾਸ਼ ਸ਼ਰੀਫ ਦੀ ਤੇ ਨਾਮ ਪਿੱਛੇ ਜਿਹੜੇ ਗਏ ਨੇ ਗੁਜ਼ਰੇ ਨੇ ਉਹਨਾਂ ਦੀ ਵੀ ਨਹੀਂ ਉਹਨਾਂ ਪੂਰੀ ਜਿਹੜੀ ਗੱਲ ਕਰਦੇ ਹਨ ਅਸਾਂ ਦੀ ਇਹਨਾਂ ਦੀ ਕੋਈ ਪੂਰੀ ਹੁੰਦੀ ਵੇਖੀ ਸਿਰਫ ਅਖਬਾਰ ਦੀਆਂ ਜਾਂ ਟੀਵੀ ਦੀਆਂ ਗੱਲਾਂ ਨੇ ਅਮਲ ਦੇ ਵਿੱਚ ਇੱਕ ਜ਼ਰਾ ਜ਼ੀਰੋ ਬਰਾਬਰ ਅਸੀਂ ਵੇਖਿਆ ਠੀਕ ਹੈ ਸਿਰਫ ਐਡਵਾਇਆ ਹੋਈ ਹੋਈ ਗੱਲ ਸਿਰਫ ਦੁਨੀਆ ਨੂੰ ਵਹਾਉਂਦੇ ਨੇ ਹੋਰ ਕੱਖ ਅਸਾਂ ਨਹੀਂ ਵੇਖਿਆ ਕੋਈ ਬੰਦਾ ਆਵਾਮ ਦਾ ਸੋਚਣਾ ਜਿਹੜਾ ਬੰਦਾ ਗੱਲ ਕਰੇ ਉਹਦੇ 'ਤੇ ਪੂਰਾ ਉਤਰੇ ਮੀਆਂ ਸਾਹਿਬ ਕੋਈ ਅਸਾਂ ਨਹੀਂ ਵੇਖਿਆ ਮੀਆਂ ਸਾਹਿਬ ਨੇ ਪੂਰਾ ਉਹਨਾਂ ਦਾ ਸਾਨੂੰ ਨਹੀਂ ਪਤਾ ਭਾਈ ਉਹ ਵਕਤ ਗੁਜ਼ਰ ਗਿਆ ਸੀ ਤਾਂ ਹੁਣ ਮੌਜੂਦਾ ਗੱਲ ਕਰਨੇ ਯੂਨਿਟ ਵਧਾਇਆ ਗੈਸ ਵਧਾਈ ਹਰ ਸ਼ਹਿ ਵਧਾਈ ਕਿਹੜੀ ਸ਼ਹਿ ਛੱਡੀ ਕਿਹੜੀ ਨੇ ਜਿਹੜੀ ਵਧਾਈ ਨੇ ਅਸੀਂ ਤਾਂ ਬਾਜ਼ਾਰ ਤੁਰ ਜਾਈਏ ਤਾਂ ਕੋਈ 5 ਰੁਪਈਆਂ ਦੀ ਸ਼ਹਿ ਲੈਣ ਜਾਂਦੇ ਨੇ ਭਾਈ ਰੇਟ ਵੱਧ ਗਏ ਹੁਣ ਇੰਨੇ ਦੀ ਹੋ ਗਈ ਠੀਕ ਹੈ ਇਹ ਵੀ ਮਹਿੰਗਾਈ ਦੇ ਖਿਲਾਫ ਨਿਕਲਿਆ ਮਾਰਚ ਕੱਢੇ ਹਨ ਇਹਨਾਂ ਨਾਲ ਕੱਢੇ ਤੇ ਮਾਰ ਜਾਣ ਲੇਕਿਨ ਅਮਲ ਤੇ ਕੋਈ ਨਾ ਇਹੀ ਤੇ ਗੱਲ ਕਰਨੇ ਇਹਨਾਂ ਗੱਲਾਂ ਦੇ ਕੋਈ ਹੋਰ ਕੀਤੀਆਂ ਹਨ ਲੇਕਿਨ ਹੁਣ ਅਮਲ ਤੇ ਕੋਈ ਨਹੀਂ ਕੀਤਾ ਕੋਈ ਉਮੀਦ ਲੱਗਦੀ ਹੈ ਨਹੀਂ ਸਾਨੂੰ ਕੋਈ ਉਮੀਦ ਨਹੀਂ ਇਹਨਾਂ ਤੇ ਕੋਈ ਉਮੀਦ ਨਹੀਂ ਲੱਗਦੀ ਦੂਸਰੇ ਪਾਸੇ ਖਾਨ ਸਾਹਿਬ ਦੀ ਆਜ਼ਾਦੀ ਖਾਨ ਸਾਹਿਬ ਵੀ ਆਜ਼ਾਦੀ ਵਾਲੋ ਅਸੀਂ ਨਹੀਂ ਆਉਂਦੇ ਭਾਈ ਉਹ ਤੁਹਾਨੂੰ ਪਹਿਲਾਂ ਦੱਸਿਆ ਅਸੀਂ ਖਾਨ ਸਾਹਿਬ ਨੂੰ ਵੀ ਨਹੀਂ ਆਉਂਦੇ ਕਿਉਂਕਿ ਉਹਨੇ ਵੀ ਤਿੰਨ ਸਾਲ ਤਾਂ ਕਰਕੇ ਗਿਆ ਖਾਨ ਸਾਹਿਬ ਵੀ ਕੋਈ ਆਹਾਂ ਨਹੀਂ ਵੇਖਿਆ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਉਹਦੇ ਵਿੱਚ ਇੱਕ ਵੀ ਸੱਚੀ ਉਹਨੇ ਵੀ ਕੀਤੀ ਹੋਏ ਸਾਰੇ ਕੰਮ ਹੀ ਖਾਨ ਸਾਹਿਬ ਪਰ ਆਪਣੇ ਮੂੰਹ ਹੁਣ ਮੈਂ ਵੀ ਆਖਾਂ ਜਾਂ ਬੱਲੇ ਬੱਲੇ ਮੈਂ ਇੰਜ ਕਰਦਿਆਂ ਦਾ ਮੈਂ ਉਹ ਕਰਦਿਆਂ ਦਾ ਲੋਕੀ ਤਾਂ ਮੈਨੂੰ ਵੇਖਣ ਦਾ ਜਦੋਂ ਕੋਈ ਮੈਂ ਕਰਾਂ ਦਾ ਅਮਲ ਤਾਂ ਫਿਰ ਮੈਨੂੰ ਵੇਖਣ ਆਖਣ ਬੱਲੇ ਆਹ ਬੰਦਾ ਠੀਕ ਹੈ ਇਹ ਗੱਲਾਂ ਜਿਹੜੀਆਂ ਇਹਨਾਂ ਕੀਤੀਆਂ ਉਹ 'ਤੇ ਅਮਲ ਵੀ ਕੀਤਾ ਤੇ ਜਦੋਂ ਅਮਲ ਨਹੀਂ ਕਰਨਾ ਤਾਂ ਗੱਲਾਂ ਜਿੰਨੀਆਂ ਮਰਜ਼ੀ ਸੁਣਾਈ ਜਾਣ ਸਾਨੂੰ ਰੋਜ਼ ਟੀਵੀ ਤੇ ਬਹਿ ਕੇ ਸੁਣਨੇ ਆ ਸਿਹਤ ਕਾਰਡ ਦਿੱਤਾ ਲੰਗਰ ਖਾਣੇ ਕੱਖ ਕੰਡਾ ਨੇ ਦਿੱਤਾ ਕਿ ਸਿਹਤ ਕਾਰਡ ਮੇਰਾ ਵੀ ਆ ਮੈਨੂੰ ਮੈਸੇਜ ਆਇਆ ਸੀ ਕਿਸੇ ਕੱਖ ਨਹੀਂ ਨਾ ਕੋਈ ਦਿੱਤਾ ਹੀ ਹੈ ਤੇ ਨਾ ਕੋਈ ਬਣਾਇਆ ਹੀ ਹੈ ਕਿ ਭਾਈ ਮੈਂ ਨਹੀਂ ਮੈਨੂੰ ਕਿਸੇ ਦਾ ਇੰਨਾ ਤਾਂ ਇਤਬਾਰ ਕੋਈ ਨਹੀਂ ਇਸ ਵਾਸਤੇ ਅਸੀਂ ਆਨੇ ਭਾਈ ਜਿਹੜਾ ਬੰਦਾ ਕਿਸੇ ਗੱਲ 'ਤੇ ਅਮਲ ਕਰਦਾ ਨਾ ਆਪਣੀ ਜਿਹੜੀ
ਤੇ ਜਿਸਨੇ ਅਮਲ ਨਹੀਂ ਕਰਨਾ ਜਿਹੜਾ ਮਰਜ਼ੀ ਵੀ ਹੋਇਆ ਸੀ ਉਹਨੂੰ ਨਹੀਂ ਪਸੰਦ ਹੀ ਨਹੀਂ ਕਰਦਾ। ਤੁਸੀਂ ਅਖਬਾਰ ਪੂਰੀ ਪੜ੍ਹਦੇ ਹਾਲ ਕੀ ਨਜ਼ਰ ਆਉਂਦਾ ਤੁਹਾਨੂੰ? ਹਾਲ ਨਜ਼ਰ ਤਾਂ ਸਾਨੂੰ ਕੋਈ ਸ਼ਾਇਰ ਨਹੀਂ ਨਜ਼ਰ, ਇਸੇ ਵਾਰ ਅਸੀਂ ਬੇਬਸ ਹੋ ਗਏ, ਸਾਨੂੰ ਨਜ਼ਰ ਹੀ ਕੋਈ ਸ਼ਾਇਰ ਨਹੀਂ ਆਉਂਦੀ, ਆਵਾਮ ਬੇਬਸ ਹੋ ਗਈ। ਉਹ ਯਾਰ ਜਿਹੜਾ ਬੰਦਾ ਰਾਤ ਨੂੰ ਆਪਣੇ ਘਰ ਦਾ ਆਪਣੇ ਬੱਚਿਆਂ ਦਾ ਨਿਜ਼ਾਮ ਨਹੀਂ ਚਲਾ ਸਕਦਾ ਉਹ ਕੀ ਕਰੇਗਾ? ਅਸੀਂ ਬੇਬਸ ਅਸੀਂ ਸੋਚਦੇ ਹਾਂ ਸੋਚਦੇ ਹਾਂ ਕਰੇ ਬਣਾ ਇਹਦਾ ਕੀ ਆ ਮੁਲਕ ਦਾ, ਅਤੇ ਅਸੀਂ ਦੁਆ ਕਰਨੇ ਅੱਲਾ ਅੱਗੇ ਅੱਲਾ ਤਾਲਾ ਕੋਈ ਬਿਹਤਰੀ ਸਾਡੇ ਵਾਸਤੇ ਸੋਚ, ਵਰਨਾ ਸਾਨੂੰ ਇਹਨਾਂ ਦੇ ਕੋਈ ਇੱਕ ਜ਼ਰਾ ਬਰਾਬਰ ਇਤਮਾਦ ਕੋਈ ਨਹੀਂ ਆ ਅੱਲਾ ਦੇ। ਹਾਂ ਅੱਲਾ ਦੇ ਇਤਮਾਦ ਅੱਲਾ ਕੋਈ ਬਿਹਤਰੀ ਕਰੇਦਾ ਇਨਸ਼ਾਅੱਲਾ, ਵਰਨਾ ਉਂਝ ਇਹਨਾਂ ਦਾ ਸਾਨੂੰ ਕੋਈ ਇਤਬਾਰ ਨਹੀਂ ਕਿਸੇ ਦਾ। ਲੈਵਲ 'ਤੇ ਮਹਿੰਗਾਈ ਪਹੁੰਚ ਗਈ ਥੱਲੇ ਉਹਦੀ ਉਮੀਦ ਹੈਗੀ? ਇਹ ਭਾਈ ਨਜ਼ਰ ਤਾਂ ਨਹੀਂ ਆਉਂਦੀ, ਉਹ ਜੇ ਅੱਲਾ ਕੋਈ ਮਿਹਰਬਾਨੀ ਕਰ ਦੇਵੇ ਤਾਂ ਉਹਦੇ ਕੋਲ ਕਿਸੇ ਸ਼ਾਇਦ ਦੀ ਕਮੀ ਕੋਈ ਨਹੀਂ ਆ। ਜਿਹੜੀ ਪੈਟਰੋਲ ਮਹਿੰਗਾ ਕੀਤਾ ਇਹਦੇ 'ਤੇ ਕੀ ਖਿਆਲ ਹੈ? ਇਹਦਾ ਤਾਂ ਖਿਆਲ ਹੈਗਾ ਕਿ ਪੈਟਰੋਲ ਮਹਿੰਗਾ ਹੋਣੇ ਨਹੀਂ ਚਾਹੀਦੇ, ਜਿੰਨੀ ਮਹਿੰਗਾਈ ਬਹੁਤ ਜ਼ਿਆਦਾ ਹੋਈ ਪਈ ਹੈ ਜੀ, ਮਜ਼ਦੂਰ ਬੰਦਾ ਬਹੁਤ ਕੰਮ ਮਜਬੂਰੀਆਂ ਤੰਗ ਸੀ ਜਾ ਰਿਹਾ ਜੀ। ਤੰਗ ਤੁਸੀਂ ਜਾ ਰਹੇ? ਹਾਂਜੀ। ਆਵਾਮ ਜਿਹੜੀ ਖੁਸ਼ਹਾਲ ਹੈ ਕੋਈ ਮਸਲਾ ਹੀ ਨਹੀਂ? ਖੁਸ਼ਹਾਲ ਕਿੱਥੇ ਆ ਜੇ, ਜਿਹਨੇ ਕੋਲ ਪੁੱਛੋ ਉਹੀ ਰੋਣ ਡਿਆ ਜੇ, ਜਿਹਨੇ ਪੁੱਛੋ ਉਹੀ ਰੋਣ ਡਿਆ ਜੇ। ਤੇ ਕਾਦੇ ਆਲਮ ਦਾ ਪਾਕਿਸਤਾਨ ਬਣਾ ਰਹੇ ਤੁਹਾਡਾ, ਤੁਸੀਂ ਪਰੇਸ਼ਾਨ ਹੋ ਗਏ ਹੋਣੇ? ਨਹੀਂ ਨਹੀਂ ਪਰੇਸ਼ਾਨ ਅਸੀਂ ਕਿਉਂ ਹੋਣਾ, ਇਨਸ਼ਾਅੱਲਾ ਜਿੰਨਾ ਬਾਅਦ ਹਿੰਮਤ ਆ ਗਈ ਕਰਾਂਗੇ ਖਾਵਾਂਗੇ। ਕੀ ਹੋਈ ਚੱਲਦੀ ਹੈ ਹਕੂਮਤ ਵਿਸ਼ਵਾਸ ਦੀ? ਜੀ ਹਕੂਮਤ ਬਿਲਕੁਲ ਨਾਮਨਜ਼ੂਰ ਹੈ। ਨਾਮਕੂਲ ਹੈ? ਨਾਮਨਜ਼ੂਰ ਹੈ। ਨਾਮਨਜ਼ੂਰ ਹੈ ਇੰਪੋਰਟਡ ਹਕੂਮਤ, ਕਿਉਂਕਿ ਇਹ ਆਏ ਹੈ ਬਹੁਤ ਮਹਿੰਗਾਈ ਹੋ ਗਈ ਹੈ ਹੱਦ ਸੇ ਜ਼ਿਆਦਾ। ਪੈਟਰੋਲ ਸਾਹਿਬ ਕੇ ਦੌਰ ਮੇਂ ਵੀ ਯਹੀ ਕਹਤੇ ਥੇ ਸਬ ਕੇ ਮਹਿੰਗਾਈ ਹੋ ਗਈ। ਉਹ ਜਬ ਵੀ ਬੜਾਤਾ ਦਾ ਪੈਟਰੋਲ 2 ਜਾਂ 3 ਰੁਪਏ ਬੜਾਤਾ ਦਾ, ਇਹਨਾਂ ਨੇ 30 ਰੁਪਏ ਇਕੱਠੇ ਹੀ ਬੜਾ ਦਿਏ। ਠੀਕ ਹੈ, ਬਹੁਤ ਜ਼ਿਆਦਾ ਮਹਿੰਗਾਈ ਕਰ ਰਹੇ ਹੈ, ਗਰੀਬ ਲੋਕਾਂ ਕੇ ਲਈ ਬਹੁਤ ਮੁਸ਼ਕਿਲ ਹੈ। ਮੁਸ਼ਕਿਲ ਹੋ ਗਈ ਹੈ ਜੀ। ਸਰ ਠੀਕ ਹੈ, ਤੋ ਖਾਨ ਸਾਹਿਬ ਕੋ ਸਪੋਰਟ ਕਰਤੇ ਹੈ? ਜੀ ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ। ਖਾਨ ਸਾਹਿਬ ਜੋ ਆਜ਼ਾਦੀ ਮਾਰਚ ਕੇ ਲਈ ਨਿਕਲੇ ਕਾਮਯਾਬ ਹੋ ਗਏ? ਇਨਸ਼ਾਅੱਲਾ ਹੋਏਗੇ, ਜ਼ਰੂਰ ਹੋਏਗੇ। ਕਬ ਹੋਣਗੇ ਲੱਗਦਾ ਹੈ? ਜਬ ਵੀ ਉਹ ਨਿਕਲੇਂਗੇ ਨਾ ਇਨਸ਼ਾਅੱਲਾ ਕਾਮਯਾਬ ਹੋਏ। ਪਹਿਲੀ ਦਫਾ ਜੋ ਨਿਕਲੇ ਵਾਪਸ ਕਿਉਂ ਚਲੇ ਗਏ? ਨਹੀਂ ਵੋ ਯੇ ਤੋ ਨਹੀਂ ਪਤਾ ਹਮੇਂ। ਯੇ ਨਹੀਂ ਪਤਾ।